ਬੰਦਾ ਜਿਹੜਾ ਨਾ ਉਹ ਬੁਰਾ ਨਹੀਂ ਹੈ। ਔਰ ਇਹ ਕਦੀ ਵੀ ਆਪਣੇ ਮਨ 'ਚ ਪੱਕੀ ਧਾਰਨਾ ਨਾ ਬਣਾਓ ਵੀ ਜਿਹੜਾ ਸਾਧੂ ਹੈ ਉਹ ਸਦਾ ਸਾਧੂ ਰਹੇਗਾ ਔਰ ਜਿਹੜਾ ਚੋਰ ਹੈ ਉਹ ਸਦਾ ਚੋਰ ਰਹੇਗਾ। ਇੱਥੇ ਬਦਲਦਿਆਂ ਪਤਾ ਨਹੀਂ ਲੱਗਦਾ ਕਦੋਂ ਸਾਧੂ ਨੇ ਚੋਰ ਬਣ ਜਾਣਾ, ਕਦੋਂ ਚੋਰ ਨੇ ਸਾਧੂ ਬਣ ਜਾਣਾ, ਵਕਤ ਨਹੀਂ ਲੱਗਦਾ। ਬੰਦੇ ਨਾਲ ਨਫ਼ਰਤ ਨਾ ਕਰੋ, ਪਤਾ ਨਹੀਂ ਉਹਨੇ ਕਦੋਂ ਸਾਧੂ ਬਣ ਜਾਣਾ, ਕਦੋਂ ਮਾਲਕ ਦਾ ਉਹਦੇ 'ਤੇ ਤਰਸ ਹੋ ਜਾਣਾ ਅਤੇ ਉਹਦੀਆਂ ਪ੍ਰਵਿਰਤੀਆਂ ਉਹਦੇ ਵਿਚਾਰ ਬਦਲ ਜਾਣਾ। ਬਾਤ ਤਾਂ ਸਾਰੀ ਵਿਚਾਰਾਂ ਦੀ ਹੈ ਨਾ। ਔਰ ਬੰਦਾ ਬਦਲਦਾ ਹੈ, ਮਨੋਵਿਗਿਆਨੀ ਕਹਿੰਦੇ 6 ਮਿੰਟਾਂ ਬਾਅਦ ਸਾਧੂ ਤੋਂ ਚੋਰ ਬਣ ਸਕਦਾ ਬੰਦਾ ਅਤੇ ਚੋਰ ਤੋਂ ਸਾਧੂ ਬਣ ਸਕਦਾ। ਵੀ 6 ਮਿੰਟਾਂ ਤੋਂ ਬਾਅਦ ਬੰਦਾ ਪਰਉਪਕਾਰੀ ਹੈ ਅਤੇ ਉਹ ਦੁਰਾਚਾਰੀ ਬਣ ਜਾਏਗਾ। ਅਗਰ ਦੁਰਾਚਾਰੀ ਹੈ ਤਾਂ ਪਰਉਪਕਾਰੀ ਬਣ ਜਾਏਗਾ। ਪਰ ਪਾਤਸ਼ਾਹ ਕਹਿੰਦੇ 6 ਮਿੰਟ ਤਾਂ ਬੜੇ ਦੌੜਦੇ ਨੇ ਬਾਈ, 6 ਮਿੰਟ ਦੀ ਛੱਡੋ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇੱਥੇ ਤਾਂ ਛਿਨ ਦੀ ਬਾਤ ਹੈ, ਛਿਨ 'ਚ ਬੰਦਾ ਤੋਲਾ, ਛਿਨ 'ਚ ਮਾਸਾ। ਕਦੀ ਪਾਤਸ਼ਾਹ ਕਹਿੰਦੇ ਊਬ ਚੜਤ ਹੈ, ਇੰਨਾ ਉੱਚਾ ਹੋ ਜਾਂਦਾ ਹੈ ਬੰਦਾ, ਸੋਚਦਾ ਸਭ ਕੁਝ ਦੇ ਦਿਆਂ, ਦਾਨ ਕਰਦਿਆਂ। ਅਤੇ ਕਈ ਵਾਰੀ ਐਸਾ ਹੋ ਜਾਂਦਾ ਸਭ ਕੁਝ ਲੁੱਟ ਲਾਂ, ਜਿੰਨਾ ਵੀ ਹੈ ਸਭ ਖੋਹ ਕੇ ਆਪਣੇ ਘਰ ਹੀ ਲੈ ਆਵਾਂ। ਕਦੀ ਤਾਂ ਇਤਨਾ ਦਿਆਲੂ, ਇਤਨਾ ਪਰਉਪਕਾਰੀ, ਔਰ ਕਦੀ ਬਿਲਕੁਲ ਦੁਰਾਚਾਰੀ, ਖੋਟਾ। ਕਬਹੂ ਜਿਹੜਾ ਊਬ, ਊਬ ਦਾ ਅਰਥ ਹੈ ਉੱਚਾ, ਸ੍ਰੇਸ਼ਟ। ਕਬਹੂ ਜਾਏ ਪਿਆਲੇ, ਪਿਆਲੇ ਦਾ ਅਰਥ ਹੈ ਬਿਲਕੁਲ ਗਹਿਰੇ ਤਲ 'ਚ ਚਲੇ ਜਾਣ। ਬੰਦੇ ਨਾਲ ਨਾ ਨਫ਼ਰਤ ਕਰੋ, ਕਿਉਂਕਿ ਬੰਦਾ ਸਰੀਰ ਜਿਹੜਾ ਹੈ ਇਹਨੇ ਤਾਂ ਬਦਲਣਾ ਨਹੀਂ, ਬਦਲਣੀਆਂ ਤਾਂ ਵਿਚਾਰਾਂ ਨੇ, ਬਦਲਣਾ ਤਾਂ ਮਨ ਹੈ। ਕਦੋਂ ਸਾਧੂ ਬਣ ਗਿਆ, ਕਦੋਂ ਚੋਰ ਬਣ ਗਿਆ। ਇੱਕ ਵੇਸ਼ਵਾ ਇੱਕ ਸਾਧੂ ਨੂੰ ਪੁੱਛਦੀ ਹੁੰਦੀ ਸੀ ਵੀ ਫਕੀਰਾ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ। ਫਕੀਰ ਨੇ ਕਈ ਵਾਰੀ ਗੁਜ਼ਰਨਾ, ਰਸਤੇ 'ਚ ਉਹਨੇ ਮਿਲਣਾ, ਕਿਉਂਕਿ ਜਿੱਥੇ ਉਹ ਫਕੀਰ ਦਾ ਘਰ ਸੀ ਰਸਤੇ 'ਚ ਵੇਸ਼ਵਾ ਦਾ ਘਰ ਪੈਂਦਾ ਸੀ। ਰੋਜ਼ ਪੁੱਛਦੇ, ਜਦੋਂ ਗੁਜ਼ਰਨਾ ਹਫ਼ਤੇ ਮਹੀਨੇ ਬਾਅਦ ਪੁੱਛਣਾ। ਸਾਲ ਲੰਘ ਗਏ, ਫਕੀਰ ਨੇ ਕੁਝ ਨਾ ਕਹਿਣਾ, ਚਲੇ ਜਾਣਾ। ਵਕਤ ਬਣਿਆ ਅਤੇ ਫਕੀਰ ਮੰਜੇ 'ਤੇ ਪੈ ਗਿਆ, ਆਖਰੀ ਵਕਤ ਆ ਗਿਆ। ਉਹਨੇ ਕਿਹਾ ਆਪਣੇ ਚੇਲਿਆਂ ਨੂੰ, ਜਾਓ ਉਸ ਵੇਸ਼ਵਾ ਨੂੰ ਲੈ ਕੇ ਆਓ। ਮੈਂ ਅੱਗੇ ਵੀ ਬੇਨਤੀ ਕੀਤੀ ਹੈ ਵੀ ਇਸੇ ਦਿਮਾਗ 'ਚ ਗੰਦਗੀ ਹੁੰਦੀ ਹੈ, ਕੁਛ ਚੇਲੇ ਦੂਜੇ ਪਾਸੇ ਚਲੇ ਗਏ, ਕੁਛ ਕਹਿਣ ਲੱਗੇ ਲੈ ਬਈ ਹੁਣ ਇਹਨੂੰ ਵੇਸ਼ਵਾ ਯਾਦ ਆਉਂਦੀ, ਸਾਰਾ ਜੀਵਨ ਲੰਘ ਗਿਆ। ਪਰ ਹੁਣ ਗੁਰੂ ਨੇ ਹੁਕਮ ਕੀਤਾ, ਬੁਲਾਇਆ ਗਿਆ। ਉਸਨੇ ਪੁੱਛਿਆ ਵੀ ਬੇਟਾ, ਜਿਹੜਾ ਤੂੰ ਸਵਾਲ ਕਰਦੀ ਸੀ ਨਾ, ਅੱਜ ਵੀ ਕਰ। ਉਹ ਕਹਿੰਦੀ ਫਕੀਰਾ, ਮੇਰਾ ਸਵਾਲ ਤਾਂ ਉਹੀ ਹੈ, ਮੈਂ ਵੀ ਉਹੀ ਹਾਂ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ। ਉਹ ਕਹਿੰਦਾ ਮੇਰੀ ਦਾੜੀ ਚੰਗੀ ਹੈ ਤੇਰੇ ਕੁੱਤੇ ਦੀ ਪੂਛ ਦੇ ਨਾਲ। ਉਹ ਕਹਿੰਦੀ ਫਿਰ ਇਹ ਗੱਲ ਤਾਂ ਮੈਂ ਬੜੇ ਚਿਰ ਦੀ ਜਾਣਦੀ ਹਾਂ, ਉਦੋਂ ਹੀ ਕਹਿ ਦਿੰਦਾ। ਮੈਂ ਜਾਣਦੀ ਹਾਂ ਤੇਰੀ ਦਾੜੀ ਚੰਗੀ ਹੈ, ਤਾਂ ਹੀ ਤਾਂ ਤੇਰੇ ਤੋਂ ਪੁੱਛਦੀ ਸਾਂ। ਕਹਿੰਦਾ ਉਦੋਂ ਮੇਰੇ 'ਚ ਤਾਕਤ ਸੀ, ਬਲ ਸੀ, ਸਮਰੱਥਾ ਸੀ, ਸਰੀਰ 'ਚ ਬਲ ਸੀ। ਹੁਣ 15 ਮਿੰਟ 20 ਮਿੰਟ 'ਚ ਮੈਂ ਮਰ ਜਾਣਾ, ਹੁਣ ਮੇਰੀ ਦਾੜੀ ਦਾਗਦਾਰ ਨਹੀਂ ਹੋ ਸਕਦੀ। ਉਦੋਂ ਕਹਿ ਦਿੰਦਾ ਅਤੇ ਪਤਾ ਨਹੀਂ ਕਦੋਂ ਦਾੜੀ ਨੂੰ ਦਾਗ ਲੱਗ ਜਾਂਦਾ ਅਤੇ ਤੇਰੇ ਕੁੱਤੇ ਦੀ ਪੂਛਲ ਚੰਗੀ ਹੋ ਜਾਂਦੀ। ਵਿਚਾਰਾਂ ਦਾ, ਬਦਲਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਬੰਦੇ ਨੇ ਸਾਧੂ, ਕਦੋਂ ਚੋਰ। ਚੋਰ ਸਦਾ ਚੋਰ ਨਹੀਂ ਰਹਿੰਦਾ ਅਤੇ ਸਾਧੂ ਸਦਾ ਸਾਧੂ ਨਹੀਂ ਰਹਿੰਦਾ, ਬੁਰਾ ਸਦਾ ਬੁਰਾ ਨਹੀਂ ਰਹਿੰਦਾ ਅਤੇ ਭਲਾ ਸਦਾ ਭਲਾ ਨਹੀਂ ਰਹਿੰਦਾ। ਇਸੇ ਕਰਕੇ ਖੋਟੀਆਂ ਪ੍ਰਵਿਰਤੀਆਂ ਨਾਲ ਨਫ਼ਰਤ ਕਰੋ, ਖੋਟੇ ਵਿਚਾਰਾਂ ਨਾਲ ਨਫ਼ਰਤ ਕਰੋ, ਬੰਦਿਆਂ ਨਾਲ ਨਫ਼ਰਤ ਨਾ ਕਰੋ, ਕਿਉਂਕਿ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਣਾ।